ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਦੱਸਦੇ ਕਿ ਲੁਧਿਆਣਾ ਪੁਲਿਸ ਨੇ ਫਰਜ਼ੀ ਕਾਲ ਸੈਂਟਰ ਦਾ ਭਾਂਡਾ ਫੋੜ ਕੀਤਾ ਹੈ। ਅਮਰੀਕੀ ਨਾਗਰਿਕਾਂ ਨੂੰ ਬਣਾਉਂਦੇ ਸੀ ਇਹ ਨਿਸ਼ਾਨਾ, ਕੰਪਿਊਟਰ ਅਤੇ ਲੈਪਟਾਪ ਹੈਕ ਹੋਣ ਦਾ ਦਿੰਦੇ ਸੀ ਡਰਾਵਾ। ਲੁਧਿਆਣਾ ਪੁਲਿਸ ਨੇ ਇਹਨਾਂ ਦਾ ਪਰਦਾਫਾਸ਼ ਕੀਤਾ। ਫਰਜ਼ੀ ਕਾਲ ਸੈਂਟਰ ਲੁਧਿਆਣੇ ਤੋਂ ਚਲਾਇਆ ਜਾ ਰਿਹਾ ਸੀ। ਦੱਸਦੀਏ ਕਿ ਜੋ ਸੋਫਟਵੇਅਰ ਇੰਜੀਨੀਅਰ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਅਮਰੀਕੀ ਨਾਗਰਿਕਾਂ ਨੂੰ ਠੱਗ ਰਿਹਾ ਸੀ। ਆਰੋਪੀ ਆਪਣੇ ਪੜੋਸੀਆਂ ਨੂੰ ਵਿਸ਼ਵਾਸ ਦਿਲਾਉਂਦੇ ਸਨ ਕਿ ਉਹਨਾਂ ਦੀ ਕੰਪਿਊਟਰ ਜਾਂ ਲੈਪਟਾਪ ਹੈਕ ਹੋਣ ਦਾ ਖਤਰਾ ਹੈ, ਜਿਸ ਤੋਂ ਸੰਭਾਵਿਤ ਰੂਪ ਦੇ ਨਾਲ ਉਹਨਾਂ ਨੂੰ ਪੈਸਿਆਂ ਦਾ ਨੁਕਸਾਨ ਹੋ ਸਕਦਾ ਹੈ। ਡਰ ਪੈਦਾ ਕਰਕੇ ਉਹ ਪੀੜਿਤਾਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਨ ਦੇ ਲਈ ਧੋਖਾ ਦੇਣ ਦੇ ਵਿੱਚ ਕਾਮਯਾਬ ਹੁੰਦੇ ਸਨ ਅਤੇ ਧਮਕੀ ਦੇ ਸਮਾਧਾਨ ਤੋਂ ਬਾਅਦ ਪੈਸੇ ਵਾਪਸ ਕਰਨ ਦਾ ਝੂਠਾ ਵਾਅਦਾ ਵੀ ਕਰਦੇ ਸਨ। ਪੁਲਿਸ ਨੇ 9 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚ ਮਾਡਲ ਹਾਊਸ ਦੇ ਰਤਿੰਦਰ ਸਿੰਘ ਔਰ ਫਰਿੰਕੂ, ਨਿਊ ਹਰਗੋਬਿੰਦ ਨਗਰ ਦੇ ਸੁਖਪ੍ਰੀਤ ਸਿੰਘ, ਜਨਕਪੁਰੀ ਤੋਂ ਸੁਮਤ ਮਹਾਜਨ, ਦੁਰਗਾਪੁਰੀ ਦੇ ਮਿਅੰਕ ਜੋਸ਼ੀ, ਪ੍ਰਤਾਪ ਸਿੰਘ ਵਾਲਾ ਦੇ ਆਦਿਤਯ ਚੌਹਾਨ, ਲੋਹਾਰਾ ਰੋਡ ਦੇ ਇਸ਼ਾਂਤ ਸਿੰਘ ਰਾਣਾ, ਨਿਊ ਜਨਤਾ ਨਗਰ ਦੇ ਦਿਲਪ੍ਰੀਤ ਸਿੰਘ ਤੇ ਗੁਰੂ ਅਰਜਨ ਦੇਵ ਨਗਰ ਦੇ ਸੰਦੀਪ ਕੁਮਾਰ ਤੇ ਹਮੜਾ ਰੋਡ ਸਥਿਤ ਗੋਲਫ ਲਿੰਕ ਅਪਾਰਟਮੈਂਟ ਦੇ ਸਮੀਰ ਬੇਰੀ ਨੂੰ ਸ਼ਾਮਲ ਕੀਤਾ ਗਿਆ। ਪੁਲਿਸ ਨੇ ਇਹਨਾਂ ਦੇ ਕਬਜ਼ੇ 'ਚੋਂ 24 CPU ਅਤੇ 6 ਹੈੱਡਫੋਨ ਜ਼ਬਤ ਕੀਤੇ ਨੇ। ਇਹ ਲੋਕ ਉਹ ਹਨ ਜੋ ਕਿ ਅਮਰੀਕੀ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ, ਉਹਨਾਂ ਨੂੰ ਬਲੈਕਮੇਲ ਕਰਦੇ ਸਨ। ਪੁਲਿਸ ਦੇ ਅਨੁਸਾਰ ਰਤਿੰਦਰ ਸਿੰਘ ਔਰ ਫਰਿੰਕੂ ਇਸ ਆਪਰੇਸ਼ਨ ਦਾ ਖਾਸ ਮੈਂਬਰ ਸੀ, ਇਸਦਾ ਸਰਗਣਾ ਦੱਸਿਆ ਜਾ ਰਿਹਾ ਹੈ। ਉਧਰੀ SHO ਜੋ ਕਿ ਜਾਂਚ ਕਰ ਰਿਹਾ ਮਾਮਲੇ ਦੀ, ਉਹਨਾਂ ਇਹ ਵੀ ਕਿਹਾ ਕਿ 2015 ਤੋਂ ਇਹ ਵੱਖ ਵੱਖ ਥਾਵਾਂ 'ਚ ਕਾਲ ਸੈਂਟਰ ਚਲਾ ਰਹੇ ਸਨ। ਉਹਨਾਂ ਨੇ ਹਾਲ ਹੀ ਦੇ ਵਿੱਚ ਵਰਤਮਾਨ ਥਾਂ 'ਤੇ ਆਪਣਾ ਇੱਕ ਨਵਾਂ ਦਫ਼ਤਰ ਖੋਲ੍ਹਿਆ। ਜਾਂਚ ਦੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰਤਿੰਦਰ ਨੇ USA ਵਿੱਚ ਇੱਕ ਸਥਾਨਕ ਵਿਕਰੇਤਾ ਤੋਂ ਅਮਰੀਕੀ ਨਾਗਰਿਕਾਂ ਦੇ ਲਈ ਸੰਪਰਕ ਜਾਣਕਾਰੀ ਪ੍ਰਾਪਤ ਕੀਤੀ ਹੈ, ਜਿਸ ਦੇ ਨਾਲ ਧੋਖਾ ਧੜੀ ਦੀਆਂ ਗਤੀਵਿਧੀਆਂ ਅਤੇ ਉਸਨੂੰ ਹੋਰ ਮਦਦ ਮਿਲ ਸਕੇ। ਉਸਨੇ ਅੱਗੇ ਇਹ ਵੀ ਕਿਹਾ ਹੈ ਕਿ ਪੁੱਛਤਾਛ ਦੌਰਾਨ ਆਰੋਪੀਆਂ ਤੋਂ ਹੋਰ ਵੀ ਜਾਣਕਾਰੀ ਹਾਸਲ ਹੋਵੇਗੀ।